रोजी रोटी की भाल में जदों इंसान अपना घर बार छड़ के बेगानी धरती से सत समुंदरों पार विदेशों में चला जाता है उत्थे जाके पैसा भी कमा लेता है भाई पर कई बार स्थितियां यह बन जांदियां कि इत्थे उन्हां नू कानूनी मामलों दा नाल सामना करना पै जांदा है लीगली मामले शुरू हो जांदे ने अदालतों में जाना पै जांदा है इंसाफ लैण लई ते उत्थे फसे होण करके उन्हां दा इत्थे आना मुमकिन नहीं हो पाता सो अजिहे मौके एक बड़ी अहम भूमिका हुंदी है वकील की वकालत का पेशा इतने सामने आता कि वकील किदा उन्होंने जो क्लाइंट NRI बाहरले मुल्क च ही बैठे हैं इतने बिना आए पैसा तो वह पे कर सकते हैं पैसा उन्होंने को हुंदा है पर वो समय की जिहड़ी बचत करना चाहते हैं इतने बिना आए किदा वो केस लड़ सकते हैं सो अजे ही कुछ सवालों को लैके असी गलबात करांगे इस विषय के मिसी सागा तो माहिर वकील ने सुनील मल्लण जी वर्ल्ड पंजाबी दर्शकों लई एक खास पेशकश जी अज की हैगी है मेरे वालों बलजीत मरवाह वालों सारे दर्शकों का स्वागत है सब तो पहला सुनील मल्लण जी थोड़ा भी वर्ल्ड पंजाबी दे स्वागत है जी नमस्कार सर नमस्कार स्वागत है जी धन्यवाद जी सारे दर्शकों को भी प्यार भरी सत श्री अकाल जी जी मल्लण साहब आपां गल करांगे अज जिहड़े वकील की भूमिका होंगी है जो कोई NRI बाहर बैठा है इत्थे बिना आए वो एक सही वकील की चोण किदां करे जो कि उहदे केस नू इत्थे उन्हूं पेश कर सके ते एक तसली होवे NRI दी भी वकील दी हजे मौके की भूमिका होंदी है की चानना पाओगे इस ते सर इहदे च मैं कहना चाहुंदा कि सब तो पहली भूमिका ते उस बंदे दी है जिहदा केस है उन्हूं पहलां ते एक्टिव पार्टनर होना चाहीदा है इस पूरे काम च क्योंकि उन्हूं अपने हालातां दी सच्चाई पता है जिथों तक वकील दी गल है वकील अपने उन्हां हालातां नूं लवे नोट करे नोट्स बनावे उहदे लई जो एविडेंस इकट्ठी करे ਪਹਿਲਾਂ ਤੇ ਆਪਣੇ ਕਲਾਇੰਟ ਨਾਲ ਪੂਰੀ ਤਰ੍ਹਾਂ ਇੰਟਰੈਕਟ ਕਰੇ ਡੇ ਟੂ ਡੇ ਟਾਈਮ ਟੂ ਟਾਈਮ ਟਾਈਮ ਗੈਪ ਦਾ ਧਿਆਨ ਰੱਖਦੇ ਹੋਏ ਡਾਕੂਮੈਂਟ ਸ਼ੇਅਰ ਕਰੇ ਕੀਤੇ ਜਾਣ ਔਰ ਉਹਨਾਂ ਨੂੰ ਸਹੀ ਤਰੀਕੇ ਨਾਲ ਰੀਪ੍ਰੈਜ਼ੈਂਟ ਕੀਤਾ ਜਾਵੇ ਬਿਫੋਰ ਦੀ ਐਪਰੋਪ੍ਰੀਏਟ ਅਥਾਰਟੀ ਜਿੱਥੇ ਵੀ ਉਹ ਪੇਸ਼ ਹੋ ਰਿਹਾ ਹੈ ਆਪਣੇ ਉਸ ਕਲਾਇੰਟ ਲਈ ਉਹਦੀਆਂ ਕੁਝ ਪ੍ਰੀ ਰਿਕੁਇਜ਼ਿਟ ਨੇ ਕੋਈ ਜ਼ਰੂਰਤਾਂ ਨੇ ਲਾਅ ਮੁਤਾਬਕ ਜਿਨ੍ਹਾਂ ਨੂੰ ਅਸੀਂ ਪੂਰਾ ਕਰਨ ਤੋਂ ਬਾਅਦ ਅਸੀਂ ਕਿਸੇ ਅਥਾਰਟੀ ਦੇ ਸਾਹਮਣੇ ਪੇਸ਼ ਹੋ ਸਕਦੇ ਹਾਂ ਔਰ ਸਹੀ ਇਨਫੋਰਮੇਸ਼ਨ ਲੈ ਕੇ ਪੇਸ਼ ਹੋਵਾਂਗੇ ਟਾਈਮਲੀ ਪੇਸ਼ ਹੋਵਾਂਗੇ ਤੇ ਰਿਲੀਫ 100% ਮਿਲਦਾ ਜੀ ਮਤਲਬ ਸਾਹਿਬ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਆਮ ਤੌਰ ਤੇ ਜਿਹੜੇ ਮਾਮਲੇ ਸਾਡੇ ਭਾਰਤੀ ਜਿਹੜਾ ਇੰਡੀਅਨ ਲਾਅ ਸਿਸਟਮ ਉਹਦੇ ਹਿਸਾਬ ਨਾਲ ਦੋ ਪ੍ਰਕਾਰ ਦੇ ਚੱਲਦੇ ਨੇ ਸਿਵਲ ਕੇਸਸ ਹੁੰਦੇ ਨੇ ਕ੍ਰਿਮੀਨਲ ਕੇਸਸ ਹੁੰਦੇ ਨੇ ਸੋ ਕਈ NRI ਹੈ ਜਿਵੇਂ ਹੁੰਦੇ ਨੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਕ੍ਰਿਮੀਨਲ ਮਾਮਲਿਆਂ ਦੇ ਵਿੱਚ ਵੀ ਉਹ ਸ਼ਾਮਲ ਮਤਲਬ ਹੋ ਜਾਂਦੇ ਨੇ ਉਹ ਜੀ ਮੌਕੇ ਮਤਲਬ ਕ੍ਰਿਮੀਨਲ ਮਾਮਲੇ 'ਚ ਕਿੰਨਾ ਕੁ ਜ਼ਰੂਰੀ ਹੁੰਦਾ ਕਿ NRI ਇੱਥੇ ਆ ਕੇ ਪੇਸ਼ ਹੋਵੇ ਕੀ ਵਕੀਲ ਕੱਲਾ ਉਸ ਨੂੰ ਫੇਸ ਕਰ ਸਕਦਾ ਕੇਸ ਜਦੋਂ ਟ੍ਰਾਇਲ ਚੱਲ ਰਿਹਾ ਹੋਵੇ ਹਾਂ ਜਿੱਥੋਂ ਤੱਕ ਸਿਵਲ ਮੁਕੱਦਮਿਆਂ ਦੀ ਗੱਲ ਹੈ ਮੈਂ ਉਹਦੇ ਵਿੱਚ ਕਲੀਅਰ ਕਰ ਦਿੰਦਾ ਸਿਵਲ ਮੁਕੱਦਮਿਆਂ ਵਿੱਚ ਕਿਸ ਤਰ੍ਹਾਂ ਹੈ ਸਭ ਤੋਂ ਪਹਿਲਾਂ ਇੱਕ ਜਨਰਲ ਪਾਵਰ ਅਟਾਰਨੀ ਜਾਂ ਸਪੈਸ਼ਲ ਪਾਵਰ ਅਟਾਰਨੀ ਕੇਸ ਲੜਨ ਵਾਸਤੇ ਉਹਦੇ 'ਚ ਸਟੇਟਮੈਂਟ ਦੇਣ ਲਈ ਉਹਦੇ 'ਚ ਸਾਰੀਆਂ ਪ੍ਰੋਵੀਜ਼ਨਸ ਲਿਖੀਆਂ ਜਾਂਦੀਆਂ ਉਹ ਜਿਹੜਾ NRI ਹੈ ਇੰਡੀਆ 'ਚ ਆਪਣੇ ਕਿਸੇ ਰਿਲੇਟਿਵ ਦੇ ਨਾਂ ਤੇ ਪਲੱਸ ਵਕਾਲਤਨਾਮਾ ਵਕੀਲ ਦੇ ਨਾਂ ਤੇ ਪੇਸ਼ ਕਰ ਸਕਦਾ ਉਹਨੂੰ ਉਸ ਡਾਕੂਮੈਂਟ ਨੂੰ ਪੇਸ਼ ਕਰਨ ਦਾ ਤਰੀਕਾ ਇਹ ਹੈ ਕਿ ਉਹ ਡਾਕੂਮੈਂਟ ਇੰਡੀਆ 'ਚੋਂ ਅਸੀਂ ਉਹਦਾ ਸਪੈਸ਼ਲ ਪਾਵਰ ਅਟਾਰਨੀ ਜਾਂ GPA ਕੇਸ ਲੜਨ ਦੀ ਬਣਾ ਕੇ ਭੇਜਦੇ ਹਾਂ ਉੱਥਰ ਉਹ ਇੰਡੀਅਨ ਅੰਬੈਸੀ ਤੋਂ ਜਾਂ ਕਿਸੇ ਵੀ ਨੋਟੀਫਾਈਡ ਬੈਂਕ ਤੋਂ ਜਿਹੜਾ ਇੰਡੀਆ 'ਚ ਹੋਵੇ ਜਿਵੇਂ ਸਟੇਟ ਬੈਂਕ ਉੱਥੇ ਹੋਵੇ ਜਾਂ ਅੰਬੈਸੀ ਹੈ ਉੱਥੋਂ ਡਾਕੂਮੈਂਟ ਨੋਟਰੀ ਤੋਂ ਨੋਟਰੀ ਕਰਾ ਕੇ ਆਸਟ੍ਰੇਲੀਆ ਵਰਗੇ ਕੰਟਰੀ ਜਸਟਿਸ ਆਫ ਪੀਸ ਤੋਂ ਸਟੈਂਪ ਕਰਾ ਕੇ ਅੰਬੈਸੀ ਤੋਂ ਐਮਬੋਸ ਕਰਾ ਕੇ ਉਹ ਡਾਕੂਮੈਂਟ ਥਰੂ ਰਜਿਸਟਰਡ ਪੋਸਟ ਇੰਡੀਆ 'ਚ ਭੇਜੇਗਾ ਇੰਡੀਆ ਵਿੱਚ ਪਹਿਲਾਂ ਆਪਣੇ ਮਿਨਿਸਟਰੀ 'ਚ ਪਾਵਰ ਸੀਗੀ ਹੁਣ ਇਸ ਵੇਲੇ ਹਰ ਡਿਪਟੀ ਕਮਿਸ਼ਨਰ ਆਫ ਦੀ ਡਿਸਟ੍ਰਿਕਟ ਉਹਨਾਂ ਕੋਲ ਪਾਵਰ ਹੈ ਉਸ ਡਾਕੂਮੈਂਟ ਨੂੰ ਇੰਬੋਸ ਕਰਨ ਦੀ ਉਹਦੇ ਵਿੱਚ ਉਹ ਸਾਰੇ ਆਪਣੇ ਪ੍ਰੂਫ ਭੇਜੇਗਾ ਉਹ ਡਾਕੂਮੈਂਟ ਉਸ ਤੋਂ ਇਲਾਵਾ ਕੇਸ ਦੀ ਵਿੱਚ ਜਿਹੜੀ ਪਲੇਂਟ ਹੈ ਉਹਦੀ ਰਿਪਲਾਈ ਹੈ ਜਾਂ ਇਹੋ ਜਿਹੜੇ ਵੀ ਡਾਕੂਮੈਂਟ ਅਸੀਂ ਕੇਸ ਦੇ ਲੋੜੀਂਦੇ ਨੇ ਜ਼ਰੂਰੀ ਨਹੀਂ ਕਿ ਜੋ ਇੰਡੀਅਨ SP ਹੈ ਉਹੀ ਸਾਈਨ ਕਰੇਗਾ ਇੱਥੋਂ ਆਪਾਂ ਉਹਨੂੰ ਈਮੇਲ ਕਰ ਸਕਦੇ ਹਾਂ ਐਜ਼ ਐਡਵੋਕੇਟ ਕਿ ਇਹ ਤੁਹਾਡਾ ਡਾਕੂਮੈਂਟ ਅਸੀਂ ਬਣਾਇਆ ਜਾਂ ਉਹ ਸਾਨੂੰ ਮੇਲ ਕਰ ਸਕਦਾ ਪੜ੍ਹਨ ਤੋਂ ਬਾਅਦ ਵੈਟ ਕਰਨ ਤੋਂ ਬਾਅਦ ਡਾਕੂਮੈਂਟ ਸਾਈਨ ਕਰਕੇ ਭੇਜ ਸਕਦਾ ਜਦੋਂ ਅੰਬੋਸਿੰਗ ਵਾਲਾ ਡਾਕੂਮੈਂਟ ਕੋਰਟ 'ਚ ਲੱਗ ਗਿਆ ਸਪੈਸ਼ਲ ਪਾਵਰ ਅਟਾਰਨੀ ਕੋਰਟ 'ਚ ਲੱਗ ਗਈ ਲੋਕਲ ਰੀਪ੍ਰੈਜੈਂਟੇਟਿਵ ਦਾ ID ਵਗੈਰਾ ਵੀ ਕੋਰਟ 'ਚ ਲੱਗ ਗਿਆ ਤੇ ਜਿਹੜੀ ਅਗਲੀਆਂ ਉਸ ਤੋਂ ਬਾਅਦ ਜਿੰਨੀ ਵੀ ਪ੍ਰੋਸਪੈਕਟਿਵ ਕਾਰਵਾਈ ਹੈ ਬਿਨਾਂ ਇੱਕ ਚੀਜ਼ ਸਿਰਫ ਉਹ ਸਾਰੀ ਕਾਰਵਾਈ ਕੀਤੀ ਜਾ ਸਕਦੀ ਹੈ ਸਿਰਫ ਇੱਕ ਚੀਜ਼ ਦਾ ਫਰਕ ਰਹਿ ਜਾਂਦਾ ਜਦੋਂ ਉਹਦੀ ਆਪਣੀ ਗਵਾਹੀ ਹੈ ਇੱਥੇ ਆ ਕੇ ਇੱਕ ਕਲਿੰਚਿੰਗ ਇਸ਼ੂ ਹੈ ਪਹਿਲੇ ਟਾਈਮ ਤੇ ਉਹਨੂੰ ਆਪਣੀ ਗਵਾਹੀ ਦੇਣ ਲਈ ਜਿਹਦੇ 'ਚ ਆਪਾਂ ਕਹਿੰਦੇ ਹਾਂ ਆਪਣਾ ਚੀਫ ਜਮ੍ਹਾਂ ਕਰਾਉਣਾ ਤੇ ਕ੍ਰੋਸ ਐਗਜ਼ਾਮੀਨੇਸ਼ਨ ਕਰਾਉਣੀ ਉਹਦੇ ਲਈ ਪਹਿਲਾਂ ਉਹਨੂੰ ਇੰਡੀਆ ਆਉਣਾ ਪੈਂਦਾ ਸੀ
पर अजकल इंडिया दियां कोर्ट्स काफी हाईली टेक्निकली फिजिबल हो चुकियां ने ਤੇ ਇੰਡੀਆ ਤੋਂ ਬਾਹਰ ਜਿਹੜਾ ਫੋਰਨ ਕੰਟਰੀ ਜਿੱਥੇ ਬੈਠਾ ਹੈ ਉੱਥੋਂ ਦਾ ਇੱਕ ਨੋਟੀਫਾਈਡ ਸੈਂਟਰ ਜਿੱਥੇ ਉਹ ਬੈ ਕੇ ਸਾਡੇ ਇੰਡੀਆ 'ਚ ਉਹਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਆਪਣੀ ਗਵਾਹੀ ਵੀ ਕਰਾ ਸਕਦਾ ਹੈ। ਉਹਦੇ ਆਉਣ ਜਾਣ ਦਾ ਖਰਚਾ ਬਚਦਾ ਹੈ, ਬੋਦਰੇਸ਼ਨ ਬਚੇਗੀ, ਬਾਕੀ ਚੀਜ਼ਾਂ ਦਾ ਵੀ ਫਾਇਦਾ ਹੋਏਗਾ ਔਰ ਟਾਈਮ ਵੀ ਬਚਦਾ ਜੀ। ਮੈਂ ਇੱਥੇ ਇਹ ਵੀ ਜਾਣਨਾ ਚਾਹਾਂਗਾ ਮੱਲਣ ਸਾਹਿਬ, ਤੁਹਾਡੇ ਤੋਂ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਇੱਥੇ ਮਤਲਬ ਇੰਡੀਆ ਦਾ ਰਹਿਣ ਵਾਲਾ ਸੀਗਾ, NRI ਸੀ, ਉੱਥੇ ਚਲਾ ਗਿਆ, NRI ਬਣ ਗਿਆ ਤੇ ਉਹਨੂੰ ਕਈ ਸਾਲ ਮਤਲਬ ਆਪਾਂ ਫਰਜ਼ ਕਰੋ ਤਾਂ ਕੋਈ ਇੱਥੇ ਇਸ਼ੂ ਹੋ ਗਿਆ, ਉਹਨੂੰ ਕੋਈ ਲੰਬਾ ਸਮਾਂ ਟਾਈਮ ਹੀ ਨਹੀਂ ਮਿਲਿਆ ਉਹਨੂੰ ਲਿਟੀਗੇਸ਼ਨ 'ਚ ਜਾਣ ਦਾ, ਤੇ ਇਹਦੇ ਲਈ ਕੋਈ ਟਾਈਮ ਬਾਉਂਡ ਸਮਾਂ ਵੀ ਹੈ NRI ਕਦੋਂ ਕੇਸ ਕਰ ਸਕਦੇ ਨੇ ਕਿ ਜਦੋਂ ਮਰਜ਼ੀ ਕਰ ਸਕਦੇ ਨੇ? ਸਰ ਦੁਬਾਰਾ ਬੋਲਣਾ, ਸੁਣੀ ਨਹੀਂ ਆਵਾਜ਼ ਪ੍ਰੋਪਰ। ਮੈਂ ਪੁੱਛ ਰਿਹਾ ਸੀ ਵੀ ਜਦੋਂ ਕੋਈ NRI ਬਾਹਰ ਬੈਠੇ ਹੋਏ ਨੇ ਤੇ ਉਹਨਾਂ ਕੋਲੋਂ ਕੋਈ ਕਾਫੀ ਲੰਬਾ ਸਮਾਂ ਬੀਤ ਗਿਆ, ਭਾਵ ਕਿ ਉਹਨਾਂ ਨੂੰ 2 4 5 10 ਸਾਲ ਹੋ ਗਏ ਨੇ, ਤੇ ਜਦੋਂ ਉਹਨਾਂ ਨੇ ਕੋਈ ਇੱਥੇ ਕੇਸ ਕਰਨਾ ਹੈ, ਇਹਦੇ ਲਈ ਕੋਈ ਟਾਈਮ ਬਾਉਂਡ ਹੈਗਾ ਕਿ ਕਦੋਂ ਮਰਜ਼ੀ ਇਹ ਕੇਸ ਕੀਤਾ ਜਾ ਸਕਦਾ? ਨਹੀਂ ਸਰ, ਇਸ ਤਰ੍ਹਾਂ ਹੈ ਕਿ ਹਰ ਹਰ ਕੇਸ ਦੀ ਟਾਈਮ ਲਿਮਿਟ ਹੈ। ਮੈਂ ਤੁਹਾਨੂੰ ਇੱਕ ਛੋਟੀ ਜੀ, ਨਾਮ ਨਹੀਂ ਲਊਂਗਾ ਮੈਂ ਆਪਣੇ ਕਲਾਇੰਟ ਦਾ, ਪਰ ਮੈਂ ਉਹਨਾਂ ਦਾ ਕੇਸ ਦਾ ਡਿਸਕਸ ਕਰਦਾ। ਉਹ ਇੰਡੀਅਨ ਫੀਮੇਲ ਸੀ, ਕੈਨੇਡਾ ਸੈਟਲ ਹੋ ਚੁੱਕੇ ਸੀ, ਉੱਥੇ ਜਾ ਕੇ ਜਦੋਂ ਸੈਟਲ ਹੋ ਗਏ ਉਹ ਮਤਲਬ ਫਿਰ ਉੱਥੋਂ ਵਾਪਸ ਇੰਡੀਆ 'ਚ ਆਏ, ਇੱਥੇ ਆ ਕੇ ਸ਼ਾਦੀ ਕੀਤੀ, ਸ਼ਾਦੀ ਕਰਨ ਤੋਂ ਬਾਅਦ ਕੁਛ ਦੇਰ ਇੱਥੇ ਰਹੇ, ਬੇਬੀ ਪੈਦਾ ਹੋਇਆ, ਬੇਬੀ ਪੈਦਾ ਕਰਨ ਲਈ ਵੀ ਉਹ ਵਾਪਸ ਕੈਨੇਡਾ ਜਾਂਦੇ ਹੈ, ਬੱਚਾ ਵੀ ਕੈਨੇਡੀਅਨ ਸਿਟੀਜ਼ਨ ਬਣਦਾ ਹੈ। ਉਸ ਤੋਂ ਬਾਅਦ ਫਿਰ ਆਉਂਦੇ ਨੇ, ਆਉਣ ਤੋਂ ਬਾਅਦ ਕੋਈ ਆਪਸ ਮਿਸਅੰਡਰਸਟੈਂਡਿੰਗ ਹੁੰਦੀ ਹੈ, ਉਹ ਲੇਡੀ ਆਪਣਾ ਬੱਚਾ ਲੈ ਕੇ ਵਾਪਸ ਚਲੀ ਜਾਂਦੀ ਹੈ। ਉਹਨੂੰ ਅਚਾਨਕ ਪਤਾ ਲੱਗਦਾ ਹੈ ਕਿ ਮੇਰਾ ਹਸਬੈਂਡ ਦੂਸਰੀ ਸ਼ਾਦੀ ਕਰਾਉਣ ਲੱਗਾ ਹੈ ਮੇਰੇ ਹੁੰਦਿਆਂ। ਇੱਥੇ ਆ ਕੇ ਐਡਵੋਕੇਟ ਦਾ ਰੋਲ ਬੜਾ ਇੰਪੋਰਟੈਂਟ ਹੈ। ਮਤਲਬ 26 ਜਨਵਰੀ ਵਾਲੇ ਦਿਨ ਸਾਨੂੰ ਪਹਿਲਾ ਫੋਨ ਆਉਂਦਾ ਕਿ ਜੀ ਮੇਰਾ ਹਸਬੈਂਡ ਸ਼ਾਦੀ ਕਰਾਉਣ ਲੱਗਾ। 27 ਜਨਵਰੀ ਵਾਲੇ ਦਿਨ ਅਸੀਂ ਉਹਦਾ ਡਾਟਾ ਵਗੈਰਾ ਕਲੈਕਟ ਕਰਦੇ ਹਾਂ, ਲੱਭਦੇ ਹਾਂ, ਇੱਥੇ ਇੰਪੋਰਟੈਂਟ ਰੋਲ ਆ ਜਾਂਦਾ ਫਿਰ ਐਡਵੋਕੇਟ ਦਾ। ਤੇ ਸਾਨੂੰ ਇਹ ਪਤਾ ਲੱਗਦਾ ਕਿ ਉਹ ਬੰਦਾ ਆਪਣੀ ਵਾਈਫ ਨਾਲ ਉਸ ਤੋਂ ਪਿਛਲੇ ਸਾਲ ਤਲਾਕ ਲੈ ਚੁੱਕਾ ਹੈ, ਵਨ ਸਾਈਡਿਡ। ਅੱਛਾ, ਤੇ ਇਹਨੂੰ ਘਰ ਵਾਲੇ ਨੂੰ ਇੱਥੇ ਪਤਾ ਨਹੀਂ? ਅਸੀਂ ਜਿਹੜੀ ਲਾਅ ਦੀ, ਹਾਂਜੀ, ਘਰ ਵਾਲੇ ਨੂੰ ਇੱਥੇ ਪਤਾ ਨਹੀਂ ਉਹਦਾ ਤਲਾਕ ਵੀ ਹੋ ਚੁੱਕਾ ਹੈ? ਵਾਈਫ ਨੂੰ ਇਹ ਪਤਾ ਹੀ ਨਹੀਂ ਕਿ ਮੇਰਾ ਤਲਾਕ ਹੋ ਚੁੱਕਾ ਹੈ ਔਰ ਹਸਬੈਂਡ ਇੱਥੇ ਤਲਾਕ ਲੈ ਚੁੱਕਾ ਹੈ ਤੇ ਨਵਾਂ ਹੀ ਸ਼ਾਦੀ ਕਰਨ ਲੱਗਾ ਹੈ। ਬਿਲਕੁਲ। ਇਮੀਡੀਏਟਲੀ ਅਸੀਂ ਆਪਣੇ ਕਲਾਇੰਟ ਨਾਲ ਰਾਬਤਾ ਕਾਇਮ ਕੀਤਾ, ਕਲਾਇੰਟ ਕੋਲੋਂ NRI ਡਿਵੀਜ਼ਨ 'ਚ ਅਸੀਂ ਈਮੇਲ ਕਰਵਾਈ, ਉਹਨੂੰ ਲਿਖ ਕੇ ਦਿੱਤਾ ਸਾਰਾ ਕੁਛ। ਉਹਦੇ ਲਈ ਅਸੀਂ NRI ਥਾਣੇ ਗਏ ਕਪੂਰਥਲੇ, ਉੱਥੇ ਜਾ ਕੇ ਅਸੀਂ ਸਾਰੇ ਫਿਰ ਕੋਰਟ 'ਚ ਗਏ, ਅਸੀਂ ਕੋਰਟ 'ਚ ਅਸੀਂ ਸਾਰਾ ਕੁਛ ਸਰਚ ਕੀਤਾ, ਲੱਭਿਆ। ਔਨਲਾਈਨ ਹੋਣ ਦਾ ਸਾਨੂੰ ਇਹ ਫਾਇਦਾ ਮਿਲਿਆ ਕਿ ਸਾਨੂੰ ਉਹਦਾ ਡਿਵੋਰਸ ਕੇਸ ਦੇ ਉਹਦੀ ਸਾਨੂੰ ਕੇਸ ਡਿਟੇਲ ਮਿਲ ਗਈਆਂ। ਉਸ ਤੋਂ ਬਾਅਦ ਅਸੀਂ ਪਾਵਰ ਅਟੋਰਨੀ ਮੰਗਾਈ ਔਨਲਾਈਨ, ਉਹਨੂੰ ਨਾਲ ਲਾ ਕੇ ਅਸੀਂ ਸਾਰੇ ਡਾਕੂਮੈਂਟ ਕਢਾਏ ਅੰਦਰੋਂ। ਇਸ ਪੂਰੇ ਪ੍ਰੋਸੈਸ 'ਚ ਸਾਨੂੰ 10-12 ਦਿਨ ਲੱਗੇ, ਪਰ ਸ਼ਾਦੀ ਉਹਦੀ 30 ਤਰੀਕ ਨੂੰ ਸੀ, 26 ਨੂੰ ਸਾਨੂੰ ਪਤਾ ਲੱਗਦਾ, 27 ਤਰੀਕ ਨੂੰ ਸਾਡੇ ਕੋਲ ਕੁਛ ਡਾਟਾ ਅਵੇਲੇਬਲ ਹੁੰਦਾ, 28 ਤਰੀਕ ਮੇਰੇ ਕੋਲ ਟਾਈਮ ਬਚਦਾ ਹੈ ਕਿ ਮੈਂ ਕੋਰਟ 'ਚ ਪਟੀਸ਼ਨ ਲਵਾਂ। ਅਸੀਂ ਬਿਨਾਂ ਵਕਾਲਤਨਾਮੇ ਤੋਂ ਸਿਰਫ ਇੱਕ ਅਥਾਰਟੀ ਲੈਟਰ ਈਮੇਲ ਤੇ ਲੈ ਕੇ ਸਪੈਸ਼ਲ ਰਿਕੁਐਸਟ ਕਰਕੇ ਕੋਰਟ ਨੂੰ ਕਿ ਮੇਰਾ ਕਲਾਇੰਟ NRI ਹੈ, ਇਹ ਉਹਦੀ ਮਜਬੂਰੀ ਹੈ, ਕਾਇੰਡਲੀ ਇਹ ਪਟੀਸ਼ਨ ਅਸੈਪਟ ਕੀਤੀ ਜਾਵੇ, ਸਿਰਫ ਇੱਕ ਈਮੇਲ ਆਈ ਹੈ ਮੈਨੂੰ ਅਸੈਪਟੈਂਸ ਦੀ ਤੇ ਇਸ ਈਮੇਲ ਤੇ ਇਹਨੂੰ ਲਿਆ ਜਾਵੇ। ਕੋਰਟ ਨੇ ਵੀ ਜੈਨਰਸ ਹੁੰਦਿਆਂ ਹੋਇਆਂ ਕੋਗਨੀਜੈਂਸ ਲਿੱਤਾ, ਨੋਟਿਸ ਜਾਰੀ ਕੀਤਾ ਔਰ ਅਸੀਂ ਇਨ ਡਿਊ ਕੋਰਸ ਅਸੀਂ ਉਹਦਾ ਵਕਾਲਤਨਾਮਾ, ਅਸੀਂ ਬਾਕੀ ਉਹਦੇ ਡਾਕੂਮੈਂਟ, ਐਮਬੋਸਿੰਗ ਵਾਲਾ ਡਾਕੂਮੈਂਟ, ਕਿਉਂਕਿ ਜੇ ਅਸੀਂ ਉਸ ਪਾਸੇ ਜਾਂਦੇ ਤਾਂ 3 ਮਹੀਨੇ ਲੱਗਣੇ ਸੀ, 30 ਤਰੀਕ ਬੀਤ ਜਾਣੀ ਸੀ ਔਰ ਪੁਲਿਸ ਦੀ ਇਨਵੋਲਵਮੈਂਟ ਕਰਕੇ ਅਸੀਂ ਉਸ ਬੰਦੇ ਨੂੰ ਮੌਕੇ ਤੇ ਅਸੀਂ ਪਹੁੰਚੇ, ਸ਼ਾਦੀ ਰੁਕਵਾਈ, ਲੜਕੇ ਲੜਕੀ ਨੂੰ ਕੁਛ ਦੇਰ ਪੁਲਿਸ ਨੇ ਆਪਣੀ ਕਸਟਡੀ 'ਚ ਰੱਖਿਆ, ਉਹਨਾਂ ਕੋਲੋਂ ਸਵਾਲ ਜਵਾਬ ਪੁੱਛੇ ਔਰ ਉਹ ਸ਼ਾਦੀ ਰੁਕ ਪਾਈ ਔਰ ਅੱਜ ਉਹ ਕੇਸ ਪੈਂਡਿੰਗ ਹੈ, ਚੱਲ ਰਿਹਾ। ਲੜਕੇ ਨੇ ਜਿਹੜੇ ਗਲਤ ਡਾਕੂਮੈਂਟ ਬਣਾਏ ਸੀਗੇ ਵਨ ਸਾਈਡਿਡ ਡਿਵੋਰਸ ਵਾਸਤੇ, ਉਹਦੇ ਵਾਸਤੇ ਵੀ ਅਸੀਂ ਸੈਕਸ਼ਨ 340 'ਚ ਉਸ ਲੜਕੇ ਦੇ ਖਿਲਾਫ, ਉਹਦੇ ਗਵਾਹਾਂ ਦੇ ਖਿਲਾਫ ਜਿਹੜੀ ਲੜਕੀ ਨਾਲ ਉਹ ਸ਼ਾਦੀ ਕਰ ਰਿਹਾ ਸੀ, ਈਵਨ ਜਿਹੜਾ ਉਹਦੇ ਜਾਲੀ ਤਲਾਕ ਦੇ ਸੰਮਨ ਅਸੈਪਟ ਕਰਾ ਕੇ ਲਿਆਇਆ ਸੀ, ਉਸ ਪ੍ਰੋਸੈਸ ਸਰਵਰ ਤੱਕ ਨੂੰ ਪਾਰਟੀ ਬਣਾ ਕੇ ਅਸੀਂ ਕੇਸ ਦਾਇਰ ਕੀਤਾ। ਉਹਦੀ ਹੁਣ 27 ਜੁਲਾਈ ਡੇਟ ਪਈ ਹੋਈ ਹੈ। ਕੋਰਟਸ ਅੱਜ ਕੱਲ੍ਹ ਇੰਡੀਆ ਦੀਆਂ ਬਹੁਤ ਫਾਸਟ ਐਕਟਿਵ ਨੇ। ਜਿਹੜੀ ਉਹ ਪੁਰਾਣੀ ਪਰਸੈਪਸ਼ਨ ਸੀ ਲੋਕਾਂ ਦੀ ਕਿ ਸਾਲੋ ਸਾਲ ਕੇਸ ਨਹੀਂ ਮੁੱਕਦੇ, ਝੂਠ ਹੈ। ਤੁਸੀਂ ਟਾਈਮਲੀ ਇਨਫੋਰਮੇਸ਼ਨ ਦਿਓ, ਟਾਈਮਲੀ ਡਾਕੂਮੈਂਟ ਦਿਓ, ਟਾਈਮਲੀ ਰਿਪਲਾਈ ਦਿਓ, ਔਨਲਾਈਨ ਆਫਲਾਈਨ, ਔਰ ਤੁਹਾਡੇ ਇੱਥੇ ਐਡਵੋਕੇਟ ਐਕਟਿਵ ਹੋਣਗੇ, ਡੈਫੀਨੇਟਲੀ ਤੁਹਾਨੂੰ ਰਿਲੀਫ ਮਿਲੇਗਾ ਔਰ ਟਾਈਮਲੀ ਰਿਲੀਫ ਮਿਲੇਗਾ। ਸੋ ਜਿੱਦਾਂ ਤੁਸੀਂ ਮੱਲਣ ਸਾਹਿਬ ਦੱਸਿਆ ਕਿ ਕਿੰਨੇ ਘੱਟ ਸਮੇਂ ਦੇ ਵਿੱਚ ਤੁਸੀਂ ਆਪਣਾ ਦੂਜੀ ਪਾਰਟੀ ਤੱਕ ਪਹੁੰਚੇ ਤੇ ਸਾਰਾ ਕੇਸ ਨੂੰ ਤੁਸੀਂ ਆਪਣੇ ਹੱਥ ਵਿੱਚ ਲੈ ਕੇ ਇਹਨੂੰ ਕੀਤਾ ਸੀਗਾ। ਸੋ ਇਹ ਜਿਹੇ ਸਮੇਂ ਜਦੋਂ NRI ਲੋਕ ਬਾਹਰ ਬੈਠੇ ਨੇ, ਸਾਡੇ NRI ਦਰਸ਼ਕ ਬਾਹਰ ਬੈਠੇ ਨੇ, ਤਾਂ ਭਾਰਤ ਵਿੱਚ ਇੱਕੋ ਸਹੀ ਵਕੀਲ ਦੀ ਚੋਣ ਕਿੱਦਾਂ ਕਰ ਸਕਦੇ ਨੇ? ਕੋਈ ਟੈਕਨੀਕੀ ਥੋੜੇ ਪਹਿਲੂ ਦੱਸੋ ਵੀ ਸਹੀ ਵਕੀਲ ਚੁਣਨ ਦੀ ਕੀ ਮਤਲਬ ਪੁਆਇੰਟਸ ਹੁੰਦੇ ਨੇ ਕਿ ਇਹ ਬੰਦਾ ਸਹੀ ਹੋਏਗਾ ਵਕਾਲਤ
ਇਹਦੀ ਮਤਲਬ ਵਕੀਲ ਤੇ ਜੇ ਉਹ ਡਿਗਰੀ ਵੀ ਕੋਈ ਕਨਫਰਮ ਕਰਨਾ ਚਾਹੇ ਉਹਦਾ ਕੋਈ ਕ੍ਰਾਈਟੇਰੀਆ ਕੋਈ ਪਮਾਨਾ ਹੈ ਕਿਦਾਂ ਪਤਾ ਲੱਗ ਸਕਦਾ ਹੈ ਸਰ ਕ੍ਰਾਈਟੇਰੀਆ ਇੱਕ ਪਹਿਲਾਂ ਦੇ ਅੱਜ ਕੱਲ ਦੇ ਮੀਡੀਅਮ ਜੇ ਮੈਂ ਗੱਲ ਕਰਾਂ ਤੇ ਉਹਦੀ ਉਸ ਬੰਦੇ ਦੀ ਸੋਸ਼ਲ ਮੀਡੀਆ ਤੇ ਪ੍ਰੈਜ਼ੈਂਸ ਕੀ ਹੈ ਦੂਜੀ ਗੱਲ ਜੀ ਉਹ ਕਿੰਨਾ ਐਕਟਿਵਲੀ ਤੁਹਾਡੇ ਨਾਲ ਲਾਈਨ ਅਪ ਹੋ ਕੇ ਤੁਹਾਨੂੰ ਕਿੰਨੀ ਜਲਦੀ ਤੁਹਾਨੂੰ ਕੀ ਕਲੂਜ਼ ਦਿੰਦਾ ਜੀ ਜਿਵੇਂ ਮੇਰਾ ਕੇਸ ਹੈ ਤੇ ਮੈਂ ਲੋਕਾਂ ਨੂੰ ਇਹ ਕਹਿੰਦਾ ਕਿ ਜੇ ਤੁਹਾਡਾ ਕੇਸ ਮੈਂ ਪਾਤਾ ਤੇ ਤੁਸੀਂ ਈ ਕੋਰਟਸ ਆਪਣੇ ਕੋਲ ਡਾਊਨਲੋਡ ਕਰੋ ਉਹਦੇ ਤੁਸੀਂ ਆਪਣਾ ਇਹ ਕੇਸ ਨੰਬਰ ਪਾਓ ਅਸੀਂ ਵੀਡੀਓ ਕਾਨਫਰੰਸਿੰਗ ਕਰਦੇ ਹਾਂ ਕਰਕੇ ਉਹਨਾਂ ਨੂੰ ਗਾਈਡ ਕਰਦੇ ਹਾਂ ਕਿ ਬਾਰ ਬਾਰ ਮੈਨੂੰ ਫੋਨ ਕਰਕੇ ਤੰਗ ਨਹੀਂ ਹੋਣਾ ਅੱਜ ਕੱਲ੍ਹ ਆਰਡਰਸ ਆਨਲਾਈਨ ਆ ਰਹੇ ਨੇ ਇਨਫੋਰਮੇਸ਼ਨ ਆਨਲਾਈਨ ਆ ਰਹੀ ਹੈ ਡੇਟਸ ਆਨਲਾਈਨ ਪਤਾ ਲੱਗ ਰਹੀ ਹੈ ਮੇਜਰ ਕੰਮ ਤੁਹਾਡਾ ਉੱਥੇ ਹੋ ਰਿਹਾ ਉਸ ਤੋਂ ਇਲਾਵਾ ਜੇ ਮੰਨ ਲਓ ਤੁਹਾਡੇ ਐਡਵੋਕੇਟ ਨੇ ਤੁਹਾਨੂੰ ਟਾਈਮ ਦਿੱਤਾ ਕਿ ਹਾਂਜੀ ਮੈਂ ਇੰਨੀ ਤਰੀਕ ਨੂੰ ਉੱਥੇ ਪਹੁੰਚ ਰਿਹਾ ਇਹ ਕੰਮ ਤੁਹਾਡਾ ਕਰਕੇ ਆਵਾਂਗਾ ਤੇ ਡੈਫੀਨੇਟਲੀ ਜੇ ਉਹ ਟਾਈਮ ਸਿਰ ਪਹੁੰਚ ਰਿਹਾ ਤੇ ਹੀ ਇਜ਼ ਐਕਟਿਵ ਪਾਰਟਨਰ ਦੈਨ ਉਹਨੂੰ ਨੌਲੇਜ ਕਿੰਨੀ ਹੈ ਇਸ ਸਬਜੈਕਟ ਨੂੰ ਕਰਨ ਦੀ ਉਹ ਤੇ ਦੇਖੋ ਜਿਹੜਾ ਐਨ ਆਰ ਆਈ ਉੱਥੇ ਬੈਠਾ ਉਹਨੂੰ ਸਮਝਣਾ ਚਾਹੀਦਾ ਸਿਰਫ ਇਹਦੇ ਚ ਬਹੁਤ ਵੱਡਾ ਰੋਲ ਕਲਾਇੰਟ ਦਾ ਭਾਜੀ ਜੇ ਕਲਾਇੰਟ ਐਕਟਿਵ ਹੈ ਟਾਈਮਲੀ ਇਨਫੋਰਮੇਸ਼ਨ ਦੇ ਰਿਹਾ ਤੇ ਟਾਈਮਲੀ ਮੰਗ ਰਿਹਾ ਤੇ ਉਹ ਕਿਸੇ ਨੂੰ ਕਸੂਰ ਨਹੀਂ ਦੇਗਾ ਉਹਦਾ ਕੇਸ ਜਿੱਤਿਆ ਜਾਏਗਾ ਸਹੀ ਹੱਕ ਮਿਲੇਗਾ ਉਹਨੂੰ ਸਹੀ ਜਵਾਬ ਮਿਲੇਗਾ ਕੋਰਟ ਤੋਂ ਵੀ ਵਕੀਲ ਕੋਲੋਂ ਵੀ ਤੇ ਆਪੋਜਿਟ ਕੋਲੋਂ ਵੀ ਰਿਐਲਿਟੀ ਚ ਜੀਏਗਾ ਜੇ ਉਹ ਆਪ ਹੀ ਐਕਟਿਵ ਨਹੀਂ ਹੈ ਤੇ ਉਹ ਕਿਸ ਤਰ੍ਹਾਂ ਤੁਸੀਂ ਸਮਝ ਸਕਦੇ ਹੋ ਸਿਰਫ ਵਕੀਲ ਨੂੰ ਪੈਸੇ ਦੇਦੇ ਨੇ ਤੇ ਕਾਗਜ਼ ਫੜਾਉਣ ਨਾਲ ਕਦੀ ਵਕੀਲ ਕੇਸ ਨਹੀਂ ਲੜ ਸਕਦਾ ਕਿਉਂਕਿ ਤੁਹਾਡੀ ਪ੍ਰੋਬਲਮ ਤੁਸੀਂ ਜਾਣੀ ਹੈ ਤੁਸੀਂ ਹੱਡ ਬੀਤੀ ਹੈ ਤੁਹਾਡੀ ਜਿੰਨਾ ਸੌਖਾ ਤੁਸੀਂ ਮੂੰਹ ਜ਼ਬਾਨੀ ਸਮਝਾ ਸਕਦੇ ਹੋ ਉਹਨੂੰ ਪੜਨ ਚ ਟਾਈਮ ਲੱਗੇਗਾ ਉਹਦੀ ਮਦਦ ਕਰੋ ਔਰ ਮੈਂ ਜਿਹੜੀ ਆਪਣਾ ਐਗਜ਼ਾਮਪਲ ਦਿੱਤੀ ਹੈ ਇਹਦੇ ਚ ਮੈਂ ਉਸ ਲੇਡੀ ਨਾਲ ਆਲਮੋਸਟ 24 ਘੰਟੇ ਆਨਲਾਈਨ ਰਹਿ ਕੇ ਸਾਰਾ ਕੁਝ ਅਸੀਂ ਡਰਾਫਟਿੰਗ ਕੀਤੀ ਹੈ ਮੈਂ ਈਮੇਲ ਬਣਾਉਂਦਾ ਸੀ ਉਹਨਾਂ ਨੂੰ ਭੇਜਦਾ ਸੀ ਉਹ ਕਰੈਕਟ ਕਰਦੇ ਸੀ ਮੈਨੂੰ ਭੇਜਦੇ ਸੀ ਅਸੀਂ ਇਸ ਤਰ੍ਹਾਂ ਕੋਆਰਡੀਨੇਸ਼ਨ ਕਰਕੇ ਕੰਮ ਕੀਤਾ ਐਂਡ ਉਹ ਵੀ ਉੱਧਰ ਦਿਨ ਰਾਤ ਜਾਗਿਆ ਮੈਂ ਵੀ ਇੱਧਰ ਦਿਨ ਰਾਤ ਜਾਗਿਆ ਤਿੰਨ ਦਿਨਾਂ 'ਚ ਅਸੀਂ ਤਾਂ ਹੀ ਇੰਨਾ ਵੱਡਾ ਚੀਜ਼ ਨੂੰ ਲੱਭ ਕੇ ਫੋਲੋ ਰਿਜੋਲਵ ਕਰ ਸਕੇ ਕਿੱਥੇ ਅਗਲਾ ਸੋਲਵ ਕਰ ਸਕੇ ਕਿੱਥੇ ਸ਼ਾਦੀ ਅਗਲਾ ਕਰ ਰਿਹਾ ਹੈ ਕਿਹੜਾ ਉਹਨੇ ਹੋਟਲ ਬੁੱਕ ਕਰਾਇਆ ਹੈ ਕਿਹੜੇ ਥਾਣਾ ਪੈਂਦਾ ਹੈ ਕਿੱਥੇ ਕਿੱਥੇ ਕੀ ਇਨਫੋਰਮੇਸ਼ਨ ਦੇਣੀ ਹੈ ਔਰ ਥੈਂਕਸ ਟੂ ਪੁਲਿਸ ਡਿਪਾਰਟਮੈਂਟ ਜਿਹੜੇ ਕੁਝ ਚੰਗੇ ਅਫਸਰ ਮੈਨੂੰ ਮਿਲੇ ਔਰ ਉਹਨਾਂ ਨੇ ਟਾਈਮਲੀ ਐਕਸ਼ਨ ਲਿੱਤਾ ਸਾਰੇ ਨੰਬਰ ਪਤਾ ਕਰਾਉਣੇ ਇਟ ਵਾਸ ਨਾਟ ਏ ਈਜ਼ੀ ਜੋਬ ਬੜਾ ਔਖਾ ਕੰਮ ਸੀ ਪਰ ਫਿਰ ਵੀ ਕੋਰਟਸ ਨੂੰ ਵੀ ਸਲੂਟ ਕਰਦਾ ਕਿ ਕੋਰਟਸ ਨੇ ਵੀ ਉਹਨੂੰ ਅਸੈਪਟ ਕੀਤਾ ਨਹੀਂ ਤਾਂ ਬਿਨਾਂ ਵਕਾਲਤਨਾਮੇ ਤੋਂ ਬਿਨਾਂ ਸਪੈਸ਼ਲ ਪਾਵਰ ਅਟਾਰਨੀ ਤੋਂ ਕੋਈ ਕੋਰਟ ਤੁਹਾਡਾ ਕੋਈ ਕੇਸ ਅਸੈਪਟ ਨਹੀਂ ਕਰਦੀ ਸਿਰਫ ਇੱਕ ਈਮੇਲ ਤੇ ਸਾਡੀ ਪ੍ਰੋਮਿਸ ਤੇ ਕਿਉਂਕਿ ਸਾਡਾ ਸਾਡੀ ਕ੍ਰੈਡੀਬਿਲਟੀ ਕੋਰਟ ਹਮੇਸ਼ਾ ਮੰਨਦੀ ਹੈ ਵੀ ਆਰ ਪਾਰਟ ਆਫ ਸਿਸਟਮ ਅਸੀਂ ਆਫਿਸਰ ਆ ਕੋਰਟ ਦੇ ਅਸੀਂ ਕੋਰਟ ਨੂੰ ਜੋ ਇਨਫੋਰਮੇਸ਼ਨ ਦੇ ਰਹੇ ਹਾਂ ਕੋਰਟ ਮੰਨਦੀ ਹੈ ਕਿ ਸੱਚੀ ਇਨਫੋਰਮੇਸ਼ਨ ਹੈ ਔਰ ਸਾਡੇ ਕੋਲ ਜੇ ਉਹਦਾ ਪ੍ਰੂਫ ਹੈ ਅਸੀਂ ਤਰੀਕੇ ਨਾਲ ਉਹਨੂੰ ਕੇਸ ਨੂੰ ਲੜਾਂਗੇ ਤੇ ਡੈਫੀਨੇਟਲੀ ਉਹਦਾ ਸਹੀ ਜਵਾਬ ਮਿਲੇਗਾ ਬਿਲਕੁਲ ਜੇ ਮੈਂ ਇਹ ਦਿਖਾਵਾਂਗਾ ਤੇ ਮੈਨੂੰ ਇਹਦੇ ਬਦਲੇ ਇਹਦਾ ਜਵਾਬ ਆਉਣਾ ਹੈ ਜੇ ਮੈਂ ਦਿਖਾਵਾਂਗਾ ਹੀ ਕੋਰਟ ਨੂੰ ਕੁਝ ਨਹੀਂ ਤੇ ਕੋਰਟ ਵੀ ਆਪਣੇ ਆਪ ਨੂੰ ਡਿਸੇਬਲ ਸ਼ੋ ਕਰੇਗੀ ਮੈਂ ਕਿਸ ਤਰ੍ਹਾਂ ਕੰਮ ਕਰ ਪਾਉਂਗਾ ਔਰ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਕਿ ਈਵਨ ਉਸ ਬੰਦਿਆਂ ਨੂੰ 10 ਸਾਲ ਕੈਦ ਹੋਣੀ ਹੈ ਜਿਨ੍ਹਾਂ ਨੇ ਕੋਰਟ ਨਾਲ ਝੂਠ ਬੋਲਿਆ ਪਰਜਰੀ ਵਿਦਿਆ ਕੋਰਟ ਦੀ ਉਹਨਾਂ ਦੇ ਖਿਲਾਫ ਕੰਪਲੇਂਟ ਚੱਲ ਰਹੀ ਹੈ ਕੋਰਟ 'ਚ ਅੱਜ ਤੱਕ ਉਹ ਅਪੀਅਰ ਨਹੀਂ ਹੋ ਰਹੇ ਇੰਨਾ ਡਰ ਰਹੇ ਨੇ ਜੀ ਸੋ ਸੈਣੀ ਸਾਹਿਬ ਮੱਲਣ ਸਾਹਿਬ ਸਾਡੇ ਦਰਸ਼ਕ ਇਹ ਵੀ ਜਾਣਨਾ ਚਾਹਣਗੇ ਜਿੱਦਾਂ ਤੁਸੀਂ ਦੱਸਿਆ ਸੀ ਕਿ ਜਦੋਂ ਕੋਈ ਐਨ ਆਰ ਆਈ ਬੈਠਾ ਹੈ ਉਹਨੇ ਜਦੋਂ ਕੇਸ ਫਾਈਟ ਕਰਨਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਉਹ ਪਾਵਰ ਆਫ ਅਟਰਨੀ ਦੇ ਸਕਦਾ ਹੈ ਜਨਰਲ ਪਾਵਰ ਆਫ ਅਟਰਨੀ ਦੇ ਸਕਦਾ ਹੈ ਤੇ ਵਕੀਲ ਨੂੰ ਵਕਾਲਤਨਾਮਾ ਦੇ ਸਕਦਾ ਹੈ ਸੋ ਇਹਦੇ 'ਚ ਇੱਕ ਚੀਜ਼ ਹੋਰ ਸਪੈਸੀਫਾਈ ਕਰੋ ਕਿ ਪਾਵਰ ਆਫ ਅਟਰਨੀ ਸਿੱਧਾ ਵਕੀਲ ਨੂੰ ਵੀ ਦਿੱਤੀ ਜਾ ਸਕਦੀ ਹੈ ਕਿ ਨਹੀਂ ਸਰ ਜਿਹੜੀ ਤੇ ਕੇਸ ਲੜਨ ਦੀ ਤਾਕਤ ਹੈ ਉਹ ਵਕੀਲ ਨੂੰ ਦਿੱਤੀ ਜਾ ਸਕਦੀ ਹੈ ਦੈਟ ਇਜ਼ ਵਕਾਲਤਨਾਮਾ ਹਾਂਜੀ ਉਸੇ ਸੰਦਰਭ 'ਚ ਹਾਂਜੀ ਦੂਸਰੀ ਗੱਲ ਜਿਹੜਾ ਸਪੈਸ਼ਲ ਪਾਵਰ ਅਟਾਰਨੀ ਹੈ ਜਾਂ ਜਿਹੜੀ ਜਨਰਲ ਪਾਵਰ ਅਟਾਰਨੀ ਹੈ ਜਿਹਦੇ 'ਚ ਕੇਸ ਰਿਲੇਟਡ ਹੈ ਵੀ ਇਹ ਮੇਰਾ ਕੇਸ ਫਾਈਟ ਕਰ ਸਕਦਾ ਹੈ ਉਹ ਬੰਦਾ ਕਰ ਸਕਦਾ ਜਿਹੜਾ ਉਹਦੇ ਫੈਕਟ ਨਾਲ ਥੋੜਾ ਬਹੁਤ ਜਾਣੂ ਹੋਵੇ ਜਿਹਨੂੰ ਪਤਾ ਹੋਵੇ ਮੈਂ ਜਾਂ ਤੇ ਤੁਹਾਡਾ ਰਿਸ਼ਤੇਦਾਰ ਜਾਂ ਮੈਂ ਤੁਹਾਡਾ ਰਿਸ਼ਤੇਦਾਰ ਬਣ ਕੇ ਤੁਹਾਡਾ ਪਾਵਰ ਅਟਾਰਨੀ ਹੋਲਡਰ ਬਣ ਸਕਦਾ ਐਜ਼ ਏ ਕਲਾਇੰਟ ਜਾਂ ਮੈਂ ਤੁਹਾਡਾ ਵਕੀਲ ਬਣ ਕੇ ਵਕਾਲਤ ਕਰ ਸਕਦਾ ਮੈਂ ਦੋ ਕੰਮ ਇਕੱਠੇ ਨਹੀਂ ਕਰ ਸਕਦਾ ਨਾ ਜੀ ਇਸ ਕਰਕੇ ਕੋਈ ਨਾ ਕੋਈ ਇੱਕ ਬੰਦਾ ਸਾਨੂੰ ਚਾਹੀਦਾ ਇੱਥੇ ਜਾਂ ਅਸੀਂ ਕੁਝ ਸਪੈਸੀਫਿਕ ਆਪਣੀ ਅਟਾਰਨੀ ਦੇ ਸਕਦੇ ਹਾਂ ਕਿ ਮੰਨ ਲਓ ਉਹਦੇ ਕੋਲ ਬੰਦਾ ਲੋਕਲ ਅਵੇਲੇਬਲ ਨਹੀਂ ਹੈਗਾ ਇੱਕ ਮਿੰਟ ਲਈ ਮੰਨ ਲੈਂਦੇ ਹਾਂ ਜੀ ਤੇ ਕੋਈ ਨਾ ਕੋਈ ਰਿਸ਼ਤੇਦਾਰ ਕੋਈ ਨਾ ਕੋਈ ਬੰਦਾ ਜਿਹੜਾ ਸਿਰਫ ਉਹਨੂੰ ਅਸੀਂ ਲਿਮਿਟਿਡ ਪਾਵਰ ਅਟਾਰਨੀ ਦਵਾਉਂਦੇ ਹਾਂ ਫਿਰ ਕਿ ਉਹ ਬੰਦਾ ਸਿਰਫ ਇੱਕ ਕੇਸ ਫਾਈਲ ਕਰ ਸਕਦਾ ਹੈ ਮੇਰੇ ਬਿਹਾਫ ਤੇ ਸਾਈਨ ਕਰ ਸਕਦਾ ਹੈ ਮੇਰੇ ਦੁਆਰਾ ਈਮੇਲ ਤੋਂ ਭੇਜੀ ਗਈ ਰਿਟਨ ਰਿਪਲਾਈ ਨੂੰ ਥਰੂ ਆਪਣੇ ਸਿਗਨੇਚਰ ਜਮ੍ਹਾਂ ਕਰਾ ਸਕਦਾ ਹੈ ਵੇਅਰ ਐਜ਼ ਮੈਂ ਆਪਣੀ ਗਵਾਹੀ ਦੇਣ ਕ੍ਰੋਸ ਐਗਜ਼ਾਮੀਨੇਸ਼ਨ ਆਪਣਾ ਕਰਾਉਣ ਆਪ ਆਊਂਗਾ ਜਾਂ ਵੀਡੀਓ ਕਾਨਫਰੰਸਿੰਗ ਦੇ ਥਰੂ ਕਰੂੰਗਾ ਤੋਂ ਪਾਵਰ ਅਟਾਰਨੀ ਲਿਮਿਟਿਡ ਵੀ ਹੋ ਸਕਦੀ ਹੈ ਫਿਰ ਉਹਦੇ ਤੇ ਕੁਐਸਚਨ ਮਾਰਕ ਹੈ
ਕਿ ਕੋਰਟ ਨੂੰ ਅਸੈਪਟ ਕਰਦੀ ਹੈ ਕਿ ਨਹੀਂ ਕਰਦੀ, ਸਾਹਮਣੀ ਪਾਰਟੀ ਨੂੰ ਅਸੈਪਟ ਕਰਦੀ ਹੈ ਕਿ ਨਹੀਂ ਕਰਦੀ, ਉਹਦੇ ਸਾਨੂੰ ਕੋਰਟ ਨੂੰ ਸ਼ੋਰਟੀ ਦਿਵਾਉਣੀ ਪਊਗੀ ਕਿ ਜਿਹੜੇ ਬੰਦੇ ਦਾ ਕੇਸ ਹੈ ਉਹਦੀ ਕੀ ਡਿਫਿਕਲਟੀ ਹੈ, ਕੀ ਮਜਬੂਰੀ ਹੈ, ਪਲੱਸ ਉਹ ਜਦੋਂ ਟਾਈਮ ਆਏਗਾ ਉਹ ਔਨ ਟਾਈਮ ਅਵੇਲੇਬਲ ਹੋਏਗਾ। ਜੀ ਸੋ ਸੋ ਸੁਨੀਲ ਜੀ ਜਵਾਬ ਇਹ ਹੈ, ਜੀ ਵਕੀਲ ਵਕੀਲ ਜਾਂ ਤਾਂ ਤੁਹਾਡਾ ਵਕੀਲ ਬਣ ਸਕਦਾ ਜਾਂ ਤੁਹਾਡਾ ਜੀਪੀਏ ਬਣ ਸਕਦਾ, ਇੱਕ ਚੀਜ਼ ਬਣੇਗਾ, ਦੋ ਚੀਜ਼ਾਂ ਨਹੀਂ ਬਣ ਸਕਦਾ ਉਹ। ਜੀ ਬਿਲਕੁਲ। ਸੋ ਸੁਨੀਲ ਜੀ ਆਪਾਂ ਇਹ ਵੀ ਜਾਣਨਾ ਚਾਹਾਂਗੇ ਕਿ ਜਿੱਦਾਂ ਤੁਸੀਂ ਗੱਲ ਕੀਤੀ ਕਿ ਅੱਜ ਕੱਲ੍ਹ ਆਨਲਾਈਨ ਬਹੁਤ ਕੁਝ ਹੋਣ ਲੱਗ ਗਿਆ ਹੈ, ਆਨਲਾਈਨ ਤਰੀਕ ਪਤਾ ਲੱਗ ਜਾਂਦੀ ਹੈ, ਵੀਡੀਓ ਕਾਨਫਰੰਸਿੰਗ ਰਾਹੀਂ ਗਵਾਹੀਆਂ ਵੀ ਦਰਜ ਹੋ ਜਾਂਦੀਆਂ ਨੇ, ਜਿਹੜੇ NRIs ਇਹਨਾਂ ਨੂੰ ਇੱਥੇ ਆਉਣ ਦੀ ਲੋੜ ਨਹੀਂ ਭਾਰਤ ਵਿੱਚ ਜਾਂ ਪੰਜਾਬ 'ਚ ਜਿੱਥੇ ਵੀ ਕੇਸ ਚੱਲਦਾ ਹੈਗਾ, ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਦੀ ਮਤਲਬ ਵਿਸ਼ਵਨੀਯਤਾ ਕਿੰਨੀ ਹੈ, ਇਹਨਾਂ 'ਤੇ ਵਿਸ਼ਵਾਸ ਕਿੰਨਾ ਕੀਤਾ ਜਾ ਸਕਦਾ ਅਤੇ ਕਿੰਨਾ ਕੁ ਯੂਜ਼ ਕਰ ਰਹੇ ਨੇ NRI, ਅਤੇ ਤੁਸੀਂ ਵਕਾਲ ਦੇ ਪੇਸ਼ੇ ਨਾਲ ਜੁੜੇ ਹੋ, ਬਾਹਰਲੇ ਮੁਲਕ ਤੋਂ ਤੁਸੀਂ ਡੀਲ ਕਰਦੇ ਹੋ, ਕਿੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਇਹਨਾਂ ਚੀਜ਼ਾਂ 'ਤੇ ਕਿ ਇਹ ਸਹੀ ਹੁੰਦੀਆਂ ਨੇ ਅਤੇ ਕੇਸ ਨੂੰ ਇੱਕ ਸਹੀ ਦਿਸ਼ਾ ਮਿਲਦੀ ਹੈ। ਸਰ ਜਿੱਥੋਂ ਤੱਕ ਤੇ ਮੈਂ ਵੈਬਸਾਈਟਸ ਦੀ ਗੱਲ ਕਰਾਂ, ਜਿਵੇਂ e-courts ਦੀ ਵੈਬਸਾਈਟ ਹੈ, ਸਰਕਾਰ ਦੀ ਆਪਣੀ ਹੈ, ਸਾਡੀ courts ਦੀ ਆਪਣੀ ਸਾਈਟ ਹੈ ਜੀ, ਇਹਦੇ ਤੇ 100% ਯਕੀਨ ਕੀਤਾ ਜਾ ਸਕਦਾ ਹੈ ਕਿ ਇਹਦਾ ਅਸੈਸ ਹੀ ਗਵਰਨਮੈਂਟ ਆਫ ਇੰਡੀਆ ਕੋਲ ਹੈ ਔਰ ਜੁਡੀਸ਼ੀਅਲ ਸਿਸਟਮ ਕੋਲ ਹੈ, ਇਹਦੇ 'ਚ ਕੋਈ ਵੀ ਗਲਤ ਇਨਫੋਰਮੇਸ਼ਨ ਨਹੀਂ ਹੋਏਗੀ ਜੀ। ਇਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਸੋਫਟਵੇਅਰ ਓਪਰੇਟ ਹੋ ਰਹੇ ਨੇ, ਮੈਂ ਉਹਦੇ ਤੇ ਕਦੀ ਭਰੋਸਾ ਨਹੀਂ ਰੱਖਦਾ। ਸਾਡੀ ਜਿਹੜੀ ਜੁਡੀਸ਼ਰੀ ਦੀ ਸਾਈਟ ਹੈ, ਉਹਦੇ ਤੇ ਹੋ ਸਕਦਾ ਇਨਫੋਰਮੇਸ਼ਨ 2 ਦਿਨ ਲੇਟ ਪਵੇ ਡਿਊ ਟੂ ਰਸ਼, ਡਿਊ ਟੂ ਨੈਟਵਰਕ ਪ੍ਰੋਬਲਮ, ਡਿਊ ਟੂ ਐਨੀ ਟੈਕਨੀਕਲ ਡਿਜੀਟਲ ਐਰਰ, ਬਟ ਜੋ ਇਨਫੋਰਮੇਸ਼ਨ ਉਹਦੇ ਤੇ ਪਏਗੀ ਉਹ 100% ਸਹੀ ਹੋਏਗੀ। ਜੇ ਗਲਤੀ ਨਾਲ ਗਲਤ ਪੈ ਗਈ ਹੈ ਤਾਂ ਕਰੈਕਟ ਕਰ ਲਈ ਜਾਏਗੀ। ਉਹਦੀ ਮੋਨੀਟਰਿੰਗ ਅਸੀਂ ਲੋਕਲ ਵਕੀਲ ਹੋਣ ਦੇ ਨਾਤੇ ਅਸੀਂ ਆਪ ਵੀ ਕਰਦੇ ਹਾਂ, ਉਹਨੂੰ ਫੋਲੋ ਅਪ ਦਿੰਦੇ ਹਾਂ, ਜਿਹੜਾ ਕੰਸਰਨਡ ਡਿਪਾਰਟਮੈਂਟ ਹੈ ਉਹਦੇ ਨਾਲ ਸਪੈਸ਼ਲ ਰਿਕੁਐਸਟ ਕਰਕੇ ਰੱਖਦੇ ਹਾਂ ਕਿ ਸਰ NRI ਦਾ ਕੇਸ ਹੈ, ਇਹਦੀ ਇਨਫੋਰਮੇਸ਼ਨ ਅਪਲੋਡ ਕਰਦੇ ਰਹਿਣਾ, ਨਹੀਂ ਹੋਵੇ ਤੇ ਆਪਣਾ ਮੁਨਸ਼ੀ ਭੇਜ ਕੇ, ਆਪਣਾ ਸਟਾਫ ਭੇਜ ਕੇ, ਜੂਨੀਅਰ ਭੇਜ ਕੇ ਅਸੀਂ ਅਪਲੋਡ ਕਰਾਉਂਦੇ ਹਾਂ। ਨੰਬਰ 1 ਆਪਾਂ ਕਹਿ ਸਕਦੇ ਹਾਂ ਕਿ ਮਤਲਬ ਗਵਰਨਮੈਂਟ ਦੀ ਨੀਟ ਕੋਈ ਐਂਡ ਕਲੀਨ ਸਾਈਟ ਹੁੰਦਾ ਪ੍ਰੋਸੀਜਰ ਇਹ, ਕੋਈ ਹੈਂਕੀ ਪੈਂਕੀ ਨਹੀਂ ਹੁੰਦਾ ਇਹਦੇ 'ਚ। ਹਾਂਜੀ ਇਹ ਨੀਟ ਐਂਡ ਕਲੀਨ ਪ੍ਰੋਸੀਜਰ ਹੈ, ਮਤਲਬ ਇੱਕ ਇਹ ਹੈਂਕੀ ਪੈਂਕੀ ਵਾਲੇ ਕੋਈ ਗੁੰਜਾਇਸ਼ ਰਹਿ ਨਹੀਂ ਜਾਂਦੀ ਜਦੋਂ ਇਹ ਸਭ। ਬਿਲਕੁਲ ਜੀ ਬਿਲਕੁਲ, ਈ ਕੋਰਸ ਦਾ ਜਿਹੜਾ ਪ੍ਰੋਸੀਜਰ ਹੈ ਬਿਲਕੁਲ ਨੀਟ ਐਂਡ ਕਲੀਨ ਸਿਸਟਮ ਹੈ, ਕੋਈ ਉਹਦੇ 'ਚ ਐਰਰ ਨਹੀਂ ਹੈ, ਕੋਈ ਝੂਠ ਨਹੀਂ ਹੈ, ਕੋਈ ਧੋਖਾ ਨਹੀਂ ਹੈ, ਕੋਈ ਅਨਆਥੋਰਾਈਜ਼ ਅਸੈਸ ਨਹੀਂ ਹੈ ਕਿਸੇ ਨੂੰ। ਜੇ ਮੈਂ ਉਸ ਚੀਜ਼ ਨੂੰ ਅਸੈਸ ਕਰ ਸਕਦਾ ਤਾਂ ਮੈਂ ਹੀ ਕਰ ਸਕਦਾ, ਦੂਜਾ ਨਹੀਂ ਕਰ ਸਕੇਗਾ, ਜਿਹੜਾ ਜਿਹਨੂੰ ਕਰ ਸਕਦਾ ਉਹ ਹੀ ਕਰ ਸਕਦਾ ਜੀ। ਔਰ ਤੁਹਾਨੂੰ ਪੂਰੀ ਡਿਟੇਲ ਮਿਲਦੀ ਹੈ, ਅਪਡੇਟ ਹੁੰਦਾ ਹੈ, ਤੁਹਾਨੂੰ ਅੱਜ ਕੱਲ੍ਹ ਈਮੇਲ ਵੀ ਆਉਣ ਲੱਗ ਪਈ ਹੈ ਕੋਰਟਸ ਵੱਲੋਂ। ਜੇ ਤੁਸੀਂ ਕਲਾਇੰਟ ਨੇ ਆਪਣਾ ਈਮੇਲ ਆਈਡੀ ਰਜਿਸਟਰ ਕਰਾਇਆ ਹੋਇਆ ਹੈ, ਆਪਣਾ ਮੋਬਾਈਲ ਨੰਬਰ ਰਜਿਸਟਰ ਕਰਾਇਆ ਹੋਇਆ ਹੈ, ਮੋਬਾਈਲ ਤੇ SMS ਔਰ ਕੋਰਟ ਵੱਲੋਂ ਈਮੇਲ ਪਹੁੰਚ ਜਾਂਦੀ ਹੈ ਕਿ ਪਿਛਲੀ ਡੇਟ ਆਹ ਸੀ, ਅਗਲੀ ਡੇਟ ਆਹ ਹੈ, ਪਿਛਲੀ ਡੇਟ ਤੇ ਆਹ ਹੋਇਆ ਔਰ ਅੱਗੋਂ ਤੁਹਾਡੀ ਇਸ ਪਰਪਸ ਲਈ ਡੇਟ ਲੱਗ ਗਈ ਹੈ, ਤਾਂ ਕਲਾਇੰਟ ਨੂੰ ਟਾਈਮ ਟੂ ਟਾਈਮ ਇਨਫੋਰਮੇਸ਼ਨ ਮਿਲੇਗੀ, SMS ਜਾਏਗਾ। ਹਲੇ SMS ਦੀ ਸਰਵਿਸ ਇੰਡੀਆ ਲਈ ਅਵੇਲੇਬਲ ਹੈ, ਆਉਣ ਵਾਲੇ ਟਾਈਮ ਤੇ ਸ਼ਾਇਦ ਇੰਟਰਨੈਸ਼ਨਲ ਵੀ ਅਵੇਲੇਬਲ ਕਰ ਦੇਣ, ਮੇ ਬੀ ਉਹਦੇ ਕੁਝ ਚਾਰਜਿਸ ਹੋਣਗੇ, ਨਹੀਂ ਹਲੇ ਕੁਝ ਪਾਲਿਸੀ ਦਾ ਪਤਾ ਨਹੀਂ ਹੈ ਜੀ। ਬਿਲਕੁਲ ਮਨੋਜ ਸਾਹਿਬ, ਹੁਣ ਮੇਰਾ ਆਖਰੀ ਸਵਾਲ ਤੁਹਾਨੂੰ, ਜਿਵੇਂ ਕਿ ਤੁਸੀਂ ਜਾਣਦੇ ਹੋ ਸਾਲ 2020 ਜਦੋਂ ਚੜ੍ਹਿਆ ਤਾਂ ਸਭ ਤੋਂ ਵੱਡੀ ਜਿਹੜੀ ਇਸ 'ਤੇ ਮਾਰ ਪਈ COVID-19 ਦੀ, ਕਰੋਨਾ ਵਾਇਰਸ ਦੀ ਮਾਰ ਪਈ, ਹਾਲੇ ਤੱਕ ਦੁਨੀਆ ਅਤੇ ਦੇਸ਼ ਇਸ 'ਚੋਂ ਉੱਭਰ ਨਹੀਂ ਪਾਏ ਨੇ, ਅਤੇ NRI ਦੇ ਕੇਸਿਸ ਨੂੰ ਕੋਈ ਪ੍ਰਭਾਵਿਤ ਹੋਏ ਨੇ, ਉਹਨਾਂ ਨੂੰ ਕੋਈ ਫਰਕ ਪਿਆ, ਕੋਈ ਹੋਰ ਜਸਟਿਸ ਡਿਲੇ ਹੋਣ ਦੇ ਸੰਭਾਵਨਾਵਾਂ ਬਣੀ ਗਈਆਂ ਨੇ, ਇਸ 'ਤੇ ਕੀ ਕਹੋਗੇ? ਦੇਖੋ ਸਰ, ਜਿੱਥੋਂ ਤੱਕ ਤੇ ਜਿਹੜੀ ਮਹਾਂਮਾਰੀ ਚਾਹੀ ਹੈ ਉਹਦੇ ਤੇ ਸਭ ਤੁਹਾਡਾ ਮੇਰਾ ਜਾਂ ਕਿਸੇ ਵੀ ਸਰਕਾਰ ਦਾ ਕਿਸੇ ਅਥਾਰਿਟੀ ਦਾ ਕੋਈ ਵਸ ਨਹੀਂ ਹੈ। ਬਿਲਕੁਲ, ਉਹ ਆਪ ਇਹਦੇ ਤੋਂ ਖਤੀਗ੍ਰਸਤ ਨੇ। ਅੰਮ੍ਰਿਤਸਰ 'ਚ ਹੁਣੇ ਥੋੜੇ ਦਿਨ ਪਹਿਲਾਂ ਕੋਈ ਪੇਸ਼ੈਂਟ ਲਿਆਂਦਾ ਸੀ ਦੋਸ਼ੀ, ਉਹ ਕੋਵਿਡ ਪੋਜ਼ਿਟਿਵ ਪਾਇਆ ਗਿਆ ਸੀ, ਉਹਦੇ ਕਰਕੇ ਸ਼ਾਇਦ 100-150 ਜਿਹੜਾ ਮਤਲਬ ਕਹਿ ਸਕਦੇ ਹੋ ਬੰਦਾ ਸੀ ਜਿਹੜਾ ਉਹਦੇ ਨਾਲ ਕੰਟੈਕਟ 'ਚ ਆਇਆ, ਚਾਹੇ ਉਹ ਥਾਣੇ ਦੇ ਮੁਲਾਜ਼ਮ ਸੀ, ਚਾਹੇ ਉਹ ਕੋਰਟ ਦੇ ਮੁਲਾਜ਼ਮ ਸੀ, ਚਾਹੇ ਸਾਡੇ ਜੱਜ ਸਾਹਿਬ ਸੀ, ਚਾਹੇ ਹੋਰ ਸਪੋਰਟ ਸਟਾਫ ਸੀ, ਉਹਨਾਂ ਸਾਰਿਆਂ ਨੂੰ ਵੀ ਕੁਆਰੰਟਾਈਨ ਕੀਤਾ ਗਿਆ। ਤੋ ਜਸਟਿਸ ਡਿਲੇ ਨਾਲੋਂ ਪਹਿਲਾਂ ਆਪਾਂ ਜਿੰਦੇ ਰਹੀਏ ਜੀ, ਜਸਟਿਸ ਮਿਲੇਗਾ ਔਰ ਕੋਰਟਸ ਇਸ ਵੇਲੇ ਮੋਰ ਵਿਜੀਲੈਂਟ ਹੋ ਗਈਆਂ ਕਿ ਆਪਾਂ ਡਿਜੀਟਲਾਈਜੇਸ਼ਨ ਵੱਲ ਵਧੀਏ, ਤਾਂ ਕਿ ਜਿਹੜੀ ਅੱਗੋਂ ਵੀ ਕੋਰਟਸ ਜਿਹੜੀਆਂ ਖੁੱਲਣਗੀਆਂ ਉਹਦੇ 'ਚ ਸ਼ਾਇਦ ਪਬਲਿਕ ਦੀ ਐਂਟਰੀ ਬੈਨ ਹੋਏਗੀ, ਲਿਮਿਟਿਡ ਐਂਟਰੀ ਹੋਏਗੀ, ਕੁਝ ਇਸ ਤਰ੍ਹਾਂ ਦੇ ਪਲਾਨ ਵੀ ਚੱਲ ਰਹੇ ਨੇ। ਐਡਵੋਕੇਟਸ ਦੀ ਵੀ ਐਂਟਰੀ ਲਿਮਿਟਿਡ ਹੋਏਗੀ, ਜਿਹਦਾ ਕੇਸ ਹੈ, ਜਿਹਦੀ ਕੋਰਟ ਦਾ ਕੇਸ ਹੈ ਉਹਦੇ 'ਚ 2 ਜਾਂ 3 ਐਡਵੋਕੇਟ ਤੋਂ ਵੱਧ ਕੋਈ ਖੜਾ ਨਹੀਂ ਹੋਏਗਾ। ਉਹ ਸਾਰੇ ਪਲਾਨ ਬਣ ਕੇ ਬਹੁਤ ਜਲਦੀ, ਉਹ ਵੀ ਇੱਕ ਅਸੀਂ ਲੋਕ ਜਿਹੜੀ ਸਾਡੀ ਜਨਰਲ ਹਾਊਸ ਕਮੇਟੀ ਹੈ ਹਾਈ ਕੋਰਟ ਦੀ ਜਾਂ ਡਿਸਟ੍ਰਿਕਟ ਕੋਰਟ ਦੀ, ਉਹਦੇ ਤੇ ਡਿਸਕਸ਼ਨ ਹੋ ਰਹੀ ਹੈ, ਕਾਮਨ ਕੰਸੈਂਸਿਸ ਤੇ ਪਹੁੰਚ ਕੇ ਅਸੀਂ ਉੱਥੇ ਜਾਵਾਂਗੇ। ਬਾਕੀ ਜਸਟਿਸ ਡਿਲੇ ਨਹੀਂ ਹੋਇਆ, ਪ੍ਰੋਸੀਜਰ ਡਿਲੇ ਹੋਇਆ, ਜਸਟਿਸ ਪੂਰਾ ਮਿਲੇਗਾ। ਸਹੀ ਸੂਚਨਾ ਦਿਓ, ਸਹੀ ਟਾਈਮ ਤੇ ਅਪੀਅਰ ਹੋਵੋ, ਸਹੀ ਟਾਈਮ ਤੇ ਸਾਰੇ ਕੰਮ ਕਰੋ। ਸਾਡੀਆਂ ਕੋਰਟਸ ਇਸ ਵੇਲੇ ਬਹੁਤ ਫਾਸਟ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ,
मौका पूरा दिता जाता है हर बंदे नू हर गल नू रखन दा। अच्छा हुण जी सर पिछे जे भारत विच की होया, कई स्टेट्स दे विच हाई कोर्ट्स ने अपना इंस्ट्रक्शंस दित्तियां ने, खैर पूरे देश तां नहीं ये चीज इंप्लीमेंट हुई, कई हाई कोर्ट्स इदां कर रही ने कि उन्होंने अपने सबॉर्डिनेट्स कोर्ट्स नू भी कहा कि तुसीं ई कोर्ट्स शुरू करो जजां दे घर तों ही भावें वीडियो कॉन्फ्रेंसिंग नाल। हालांकि इहदे च कुछ बहुता तां नहीं हो रहा, तारीखां ही पै रहियां ने केसां दीआं, ये जो कोर्ट्स का प्रोसीजर लेट हो रहा है, ये इस चीज लई एक प्लस पॉइंट आप कह सकते हैं? नहीं नहीं बहुत वड्डा, मैं तुहानूं दस्सदा जी, मैं आप खुद इहदे विच मैं 4-5-6 बेलां कराईआं ने अपने क्लाइंट्स दीआं। मैं मोहाली कोर्ट च ई कॉन्फ्रेंसिंग दे थ्रू अपीयर होया, चंडीगढ़ कोर्ट च अपीयर होया, मेरे कलीग हाई कोर्ट अपीयर होए ने और सानूं रिलीफ भी मिली है। यह नहीं और मजेदार गल दसा, जिहड़ियां जिवें वेबएक्स सिस्को ऐप है या होर जिहड़ियां ऑफिशियल ऐप्स है, जे साडा किसी कारण करके कनैक्टिविटी उहदे थ्रू नहीं हुई ते साडे जिहड़ा आई टी डिपार्टमेंट है उन्होंने सानूं व्हाट्सएप दे वीडियो कॉन्फ्रेंसिंग दे थ्रू चार बंदियां नूं, यानी कि मैं हो गया, अपने सरकारी वकील साहब हो गए, ते जज साहब हो गए, रीडर सर हो गए, इन्हां चार बंदियां नूं उस मतलब साडे कोल जिहड़ा प्लेटफॉर्म अवेलेबल है उहदे मुताबिक वो ई कोर्ट तैयार करके साडी सुनवाई कीती है और जो भी उहदा जेन्युइन डिसीजन है सानूं मिलिया ऑन मैरिट। और कोर्ट्स इस वेले बहुत फास्ट विजिलेंट ने, सानू की प्रोसीजर सी इहदे विच भी अज भी जो प्रोसीजर है, साडे कोल एक ऑफिशियल ईमेल आईडी है, असी अपने एक किसी भी एडवोकेट ने अपनी पूरा कंसर्न पटीशन बनानी है, उस सरकारी मेल ते मेल करनी है सवेरे 10 तो लैके 12 बजे के दरम्यान, तुहानू उहदी कन्फर्मेशन मेल मिलेगी, मेल मिलन तो बाद तुहानू उहदी अगली डेट जो भी पई वह मिलेगी, और जिदन तुहाडी वीडियो कॉन्फ्रेंसिंग होनी है उदन तुहानू पहला मैसेज आ जाएगा बी प्रिपेयर्ड विद योर केस कि अज तुहाडी वीडियो कॉन्फ्रेंस होएगी। और सिर्फ सिस्टम थोड़ा बहुत जज साहब के घर भी सिस्टम लगना उत्थे भी लगना, वो करके 12 की जगह 1 बजे हो जाएगा, 2 बजे हो जाएगा, बट सुनवाई हो रही है और तुहानू सफिशियंट टाइम दिता जाता वीडियो कॉन्फ्रेंसिंग से। और आने वाली जो रेगुलर केसिज है वो भी वीडियो कॉन्फ्रेंसिंग से देने वास्ते 2 या 3 कोर्ट हर डिस्ट्रिक्ट परमानेंट होने लगे हैं। मतलब एक अच्छा मतलब कह लो शुरुआत हुई है, भावें कोई सडनली महामारी आई उदे करके हुई है, पर अगे फ्यूचर वास्ते भी आप कह सकते हैं कि एक चंगा मतलब साधन हैगा कि सारी सुनवाई जल्दी करन दा। मैं कहा जी फ्यूचर रेडी हो रहा और उहदे लई जो भी टेक्नोलॉजी बाय करनी पैनी है कोर्ट्स दे एंड ते, सिर्फ कल्ले कोर्ट्स दे एंड ते नहीं, वो साडे क्लाइंट नूं साडे वकील साहब नूं भी उस बैंडविड्थ दे सानूं इंटरनेट कनैक्शन और उहो जे गैजेट रखने पैने है, सानूं एक छोटा जिहा स्टूडियो अपने ऑफिस घरे बनाना पैना है जिथे कि असी ट्रबल फ्री कोर्ट नूं कोर्ट दे डेकोरम मुताबिक डील कर सकीए ड्रेस कोड दे विच और असी कम्युनिकेट कर सकीए। ये बहुत वधिया स्टैप लिता जा चुका है, ईवन बाकी अथॉरिटीज भी इहदे ते काम कर रही हैं। और तुहानूं मैं भी दस दिंदा कि जिहड़े डॉक्टर्स और बाकी कुछ गवाहियां जिहड़ियां शुरू च हुंदियां सी उह ते पिछले 2-3 साल तों असी वीडियो कॉन्फ्रेंसिंग ते करनियां शुरू करतीआं सी कि डॉक्टर साहब अपने हॉस्पिटल तों थ्रू वीडियो कॉन्फ्रेंसिंग साडे नाल असी उहनां दे सारे आर्गूमेंट्स और बहस कर लैंदे सी जी। सो दर्शकों तुसीं सुनिया मिसी सागा तो वकील ने सुनील मल्लण जी, उन्होंने बड़े विस्तार च सानू दस्या कि किद्दां तुसीं बाहर बैठे ही जे तुहाडा इत्थे कोई अदालती केस हैगा तां किस तरह तुसीं सही वकील की चोण करके अपने केस नूं फाइट कर सकते हो, बस तुहाडा एक वकील सही होना चाहिए तो उन्हूं फैक्ट बिल्कुल तुसीं सही दसो सच दसो तो कि वह जो कोई वाकई जो तुहानूं लगता तुहाडा इनजस्टिस होया तुहानूं वो इंसाफ दिखा सकन, एक तुहानूं जस्टिस है जिहड़ा तुहानूं दवा सकन। बड़े ही विस्तार दे विच सानूं वकील साहब ने इन्हां पहलुआं की जानकारी दित्ती, नाल उन्होंने भी दस्सिया कि अजकल भावें कोरोना महामारी करके ई कोर्स का चलन जिहड़ा शुरू होया ये आने वाले समय की दरकार हैगी है, वकीलों नूं भी इहदे नाल अपडेट होना पएगा, टैक्नीक जिहड़ी आ रही है गैजेट्स नाल लैस होकर वो भी अपने केस जिहड़े ने सही तरह पेश होकर अदालतों अगे रख सकणगे। सो अज लई बस इन्ना ही, दिओ इजाजत बलजीत मरवाहा नूं, धन्नवाद।